ਸਸਿਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਵੇਖ ਰਹੇ ਹੋ ਤੇ ਮੈਂ ਹਾਂ ਅਮਨਦੀਪ ਸਿੰਘ ਆਪਰੇਸ਼ਨ ਬਲੂ ਸਟਾਰ ਦੌਰਾਨ ਚਲੀਆਂ ਗੋਲੀਆਂ ਦੇ ਨਿਸ਼ਾਨ ਭਾਵੇਂ ਕੰਦਾਂ ਦੇ ਵਿੱਚੋਂ ਮਿਟਾ ਦਿੱਤੇ ਗਏ ਨੇ ਪਰ ਅੱਜ ਵੀ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੇ ਉਹ ਨਿਸ਼ਾਨ ਨੇ ਉਹ ਹਜੇ ਵੀ ਮੌਜੂਦ ਨੇ ਜੂਨ 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਅਮਰitsar ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਅਟੈਕ ਕੀਤਾ ਜਾਂਦਾ ਤੇ ਉਸ ਦੌਰਾਨ ਪਟਿਆਲਾ ਦੇ ਨਵੀਂ ਪਾਸ਼ਾਹੀ ਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਵੀ ਜਿਹੜੀਆਂ ਗੋਲੀਆਂ ਨੇ ਉਹ ਚੱਲਦੀਆਂ ਨੇ ਕਈ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਬੀਬੀਆਂ ਨੇ ਭੈਣਾਂ ਨੇ ਉਹ ਵੀ ਇੱਥੇ ਜਿਹੜੀਆਂ ਨੇ ਸ਼ਹੀਦ ਕੀਤੀਆਂ ਜਾਂਦੀਆਂ ਨੇ ਸਾਡੇ ਨਾਲ ਸੁਖਦੇਵ ਸਿੰਘ ਜੀ ਨੇ ਜੋ ਉਸ ਵੇਲੇ ਗ੍ਰੰਥੀ ਵੱਜੋਂ ਸੇਵਾ ਨਿਭਾ ਰਹੇ ਸੀਗੇ ਤੇ ਆਪਣੀ ਅੱਖੀ ਜਿਹੜਾ ਇਹ ਸਾਰਾ ਵਾਕਿਆ ਹੋਇਆ ਸੀ ਉਹਨਾਂ ਨੇ ਆਪਣੀ ਅੱਖੀ ਵੇਖਿਆ ਸੀ ਗੱਲਬਾਤ ਉਹਨਾਂ ਨਾਲ ਕਰਾਂਗੇ ਸੁਖਦੇਵ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀਤ ਵੈਬ ਟੀਵੀ 'ਚ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1955 ਜੋ ਲਰਹ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਉ ਨ ਛੜੇ ਖੇਤ ਦੇ ਹੁਕਮ ਅਨਸਾਰ ਸਾਕਾ 1984 ਜੋ ਕਿ ਸੱਚ ਕਰਨ ਹਰਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 25 ਜੂਨ ਨੂੰ ਹਿੰਦੁਸਤਾਨ ਦੀ ਸਰਕਾਰ ਇੰਦਰ ਗਾਂਧੀ ਸਰਕਾਰ ਨੇ ਫੌਜ ਉੱਤੇ ਭੇਜਤੀ ਤੇ ਉਸ ਤੋਂ ਬਾਅਦ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਥਾਨ ਗੁਰਦੁਆਰਾ ਸ੍ਰੀ ਦੱਖਣਵਾਲ ਸਾਹਿਬ ਵਿਖੇ 3 ਤਰੀਕ ਨੂੰ 3 ਜੂਨ ਨੂੰ ਫੌਜ ਜੋ ਸੀ सीआरपीसी ਉਹ ਗੁਰਦਾਸਾਹ ਦੇ ਕੰਪਲੈਕਸ ਚ ਆਲੇ ਦੁਆਲੇ ਖੜੀ ਕਰਤੀ ਮਾਡਰਨ ਸਕੂਲ ਜੋ ਨਾਲ ਹੀ ਉਥੇ ਆ ਕੇ ਉਹਨਾਂ ਨੇ ਆਪਣਾ ਡੇਰਾ ਲਾ ਲਿਆ ਚਲੋ ਅਸੀਂ ਆਪਣੀਆਂ 3 ਤੇ 4 ਨੂੰ 5 ਨੂੰ ਵੀ ਡਿਊਟੀਆਂ ਕਰਦੇ ਰਹੇ ਤੇ 5 ਤਰੀਕ ਨੂੰ ਰਾਤ ਨੂੰ ਫੌਜ ਨੇ 11 ਵਜੇ ਕੰਪਲਕਸ ਤੇ ਹਮਲਾ ਕਰਤਾ ਟੈਂਕ ਵਾਰਡ ਦੇ ਅੰਦਰ ਤੇ ਵੱਡੇ ਵੱਡੇ ਲਾਈਟਾਂ ਛੜਤੀਆਂ ਪਿੰਡਾਂ ਦੇ ਘਟੋ ਘਟ ਪਟਿਆਲਾ ਸ਼ਹਿਰ ਦੇ ਸ਼ਹਿਰ ਚ ਕੀ 20-20 ਕਿਲੋਮੀਟਰ ਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਫੌਜ ਨੇ ਗੋਜ਼ਰਾ ਸ਼ਰੀ ਦੁਖਨਵਾਂ ਸਾਹਿਬੇ 'ਤੇ ਹਮਲਾ ਕਰਤਾ ਤੇ ਲੋਕ ਉੱਥੋਂ ਦੇ ਸਾਰੀ ਮਾਰੇ ਗਏ ਕਿਉਂਕਿ 4 ਤਰੀਕ ਨੂੰ ਸ਼ਹੀਦਾਂ ਦੇ ਸਿਰ ਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਸ਼ੀ ਦੀ ਜਿਹੜਾ ਸੀਗਾ ਤੇ 5 ਤਰੀਕ ਨੂੰ ਪੰਜਵੀਂ ਦਾ ਜੋ ਮਹੀਨਾਵਾਰੀ ਜੋੜ ਮੇਲਾ ਮਨਾ ਜਾਂਦਾ ਸੀਗਾ ਸੰਗਤਾਂ 3 ਤਰੀਕ ਨੂੰ ਹੀ ਸੰਗਤਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਕੁਝ ਹੋ ਜਾਣਾ ਹੈ ਫੌਜ ਆ ਜਾਣੀ ਹੈ ਜਦ ਕਿ ਉਹ ਉਸ ਵਕਤ ਤੈਂਤਰੀ ਕਰਫਿਊ ਨੂੰ ਲਗਾ ਸੀਗਾ ਸੰਗਤ ਆ ਗਈ ਪਿੰਡਾਂ ਚੋਂ ਉਹ ਰਹੀ ਉਸ ਵਕਤ ਉਸ ਸਮੇਂ 1984 ਦੇ ਸਮੇਂ ਸ਼ਾਮ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਇਆ ਜਦੋਂ ਢਾਡੀ ਸਿੰਘ ਰਾਗੀ ਸਿੰਘ ਕਬੀਸ਼ ਸਿੰਘ ਕਥਾ ਕੀਰਤਨ ਰਾਈ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਗਰਬੀ ਬੰਦਾ ਕੀਰਤਨ ਸਰਵਣ ਕਰਾਉਂਦੀਆਂ ਸਨ ਸੰਗਤਾਂ ਤਿੰਨ ਤਰੀ ਨੂੰ ਫਿਰ ਫੌਜ ਆ ਗਈ ਤੇ ਦੀਵਾਨ ਨਹੀਂ ਸਜਾਇਆ ਗਿਆ ਸੰਗਤਾਂ ਆਪੋ ਪਰੇਸ਼ਾਨਪਨ ਕਰਕੇ ਬੈਠ ਗਈਆਂ ਥਾਂ ਤਾਂ ਜਿੱਥੇ ਅੰਮ੍ਰਿਤ ਥਾਂ ਤੇ ਉਸ ਤਰ੍ਹਾਂ ਹੀ ਤਿੰਨ ਤੇ ਚਾਰ ਪੰਜ ਤੱਕ ਵੀ ਗੁਰੂ ਘਰ ਦੀ ਜੋ ਮਰਯਾਦਾ ਸੀਗਾ ਅਸੀਂ ਨਿਭਾਉਂਦੇ ਰਿਹਾ ਮੈਂ 5 ਤਰੀਕ ਨੂੰ ਦੁਬਾਰਾ ਫਿਰ ਆਪਣੇ ਕੁਆਟਰ ਜੋ ਕਿ ਪਰਲੇ ਪਾਸੇ ਮਾਡਰਨ ਸਕੂਲ ਦੇ ਨਾਲ ਹੈ ਉਥੋਂ ਇਸ ਪਾਸੇ ਡਿਊਟੀ ਤੇ ਆਇਆ ਤੇ ਡਿਊਟੀ ਕਰਨ ਤੋਂ ਬਾਅਦ 12:00 ਮਿੰਟ ਸਵਾਤੀ ਤੇ ਮੈਂ ਵਾਪਸ ਜਾਣ ਲੱਗਾ ਤੇ ਮੈਨੂੰ ਫੌਜੀ ਖੜੇ ਸਨ ਉੱਤੇ ਬਾਹਰ ਹੀ ਕਹਿੰਦੇ ਤੁਸੀਂ ਕਾਂ ਜਾ ਰਹੇ ਹੋ ਮਹਾ ਆਪਣੇ ਕੁਆਟਰ ਜਾ ਰਹੇ ਡਿਊਟੀ ਤੋਂ ਬਾਅਦ ਕਹਿੰਦੇ ਨਹੀਂ ਜਾਣਾ ਨਹੀਂ ਹਮ ਆਪਕੋ ਮਾਰ ਦੇਗੇ ਵਾਪਸ ਚਲੇ ਗੋ ਮੈਂ ਵਾਪਸ ਆ ਗਿਆ ਦਰਵਾਸਾ ਦਰਵਾਸਾ ਤੋਂ ਮੈਂ ਗਿਆ ਨਹੀਂ ਗਰਮੀ ਸਿੰਘ ਉਸ ਵਕਤ ਦੇ ਮੌਜੂਦਾ ਹਟ ਕਰਦੇ ਉਹਨਾਂ ਦੇ ਕਮਰੇ ਚ ਆ ਗਿਆ ਸੀ ਤੇਰੇ ਪ੍ਰੋਡਕਟੀਆਂ ਸੀ 5 ਤਰੀਕ ਸ਼ਾਮ ਤੱਕ ਸਾਰੀਆਂ ਕੀਤੀਆਂ ਕਿਉਂਕਿ ਰਾਤ ਨੂੰ 11:00 ਜੇ ਹਮਲਾ ਹੋਇਆ ਤੇ ਦਰਵਾਜ਼ਾ ਕਵਾੜ 10:00 ਸਮਾਪਤੀ ਹੁੰਦੀ ਸੀਗੀ ਉਹ ਸਭ ਕੀਤਾ ਤੇ ਮੇਰੀ ਜੇਬ ਚ ਚਾਬੀਆਂ ਦਾ ਦਰਵਾਜ਼ਾ ਸਭ ਦੀ ਰਾਤ ਦੇ 12:00 11:00 ਦੇ ਤਕਰੀਬ ਫੌਜ ਨੇ ਸਾਡੇ ਜਿੰਨੇ ਵੀ ਮਲਾਦਸਾਂ ਨੇ ਆਸ-ਪਾਸੇ ਦੇ ਗੁਰਦੁਆਰ ਸਾਹਿਬ ਦੇ ਨੇੜੇ ਦੇ ਕੁਆਰਟਰਾਂ ਚੋਂ ਕੱਢ ਕੇ ਬਾਹਰ ਸਾਡੇ ਛੋਟੀਆਂ ਦਸਤਾਰਾਂ ਸਜਾਈਆਂ ਸਨ ਉਹ ਉੱਲ੍ਹਾ ਕੇ ਸਾਡੇ ਪਿੱਛੇ ਹੱਤ ਬਨ ਲੈ ਹੱਤ ਬਨ ਕੇ ਸਾਨੂੰ ਸਾਰਿਆਂ ਨੂੰ ਘਰ ਖਤਰਾ ਹੋ ਗਿਆ ਕਿ ਸ਼ਾਇਦ ਸਾਨੂੰ ਇਹ ਗੋਲੀ ਮਾਰ ਕੇ ਮਾਰ ਦੇਣਗੇ ਪਤਾ ਨਹੀਂ ਇਹ ਫੌਜ ਦਾ ਕੀ ਹੈ ਪਰ ਨਹੀਂ ਉਹ ਸਾਨੂੰ ਬਾਹਰ ਇੱਕ ਜਿੱਥੇ ਅੱਜ ਮੌਜੂਦਾ ਸਕੂਟਰ ਸਟੈਂਡ ਐ ਸੈਕਸਟੈਂਡ ਉੱਥੇ ਕਾਗੂ ਜਹੀ ਪ੍ਰਦਰਸ਼ਨ ਦੀ ਗੱਲ ਹੈ ਉੱਥੇ ਜਾ ਕੇ ਸਾਰਿਆਂ ਜਨ ਬਿਠਾ ਦਿੱਤਾ ਜਦੋਂ 2 ਵਜੇ ਸਰਦਾਰ ਜੈਪ ਸਿੰਘ ਗਿਲ ਮੈਨੇਜਰ ਸਾਹਿਬ ਮੌਜੂਦਾ ਸਨ ਉਸਤਮ ਗਿਆਨੀ ਗਰਮੀ ਸਿੰਘ ਹਰਗੰਸਾ ਮੌਜੂਦਾ ਸਨ ਉਹਨਾਂ ਨੇ ਕਰਨਲ ਇੱਕ ਸਰਦਾਰ ਸੀਗਾ ਨਾਂ ਦਾ ਮੈਨੂੰ ਪਤਾ ਉਹਨੂੰ ਕਿਹਾ ਕਿ ਦਰਵਾਜ਼ਾ ਦਾ ਗਵਾਰਡ ਦਰਵਾਜ਼ਾ ਖੋਲਨ ਦਾ ਮਰਦਾਰ ਸਰ ਵਕਤ ਹੋ ਗਿਆ ਟਾਈਮ ਹੋ ਗਿਆ ਤੇ ਤੁਸੀਂ ਸਾਡੇ ਬੰਦਿਆਂ ਨੂੰ ਕੁਝ ਜਿੱਥੇ ਭੇਜ ਦਿਓ ਉਹ ਕਰਨਲ ਨੇ ਫੋਨ ਤੇ ਆਪਣੇ ਵੱਡਿਆਂ ਨਾਲ ਗੱਲ ਕੀਤੀ ਕਮਾਂਡਰ ਨਾਲ ਜਨਰਲ ਉਸ ਨੇ ਇੱਕ ਸ਼ਾਇਦ ਆਗਿਆ ਦੇਤੀ ਉਸ ਵਕਤ ਗਿਆਨੀ ਗਰਮੀ ਸਿੰਘ ਹਰਗੰਸਾ ਦਾਸ ਤੇ ਗਿਆਨੀ ਜਗENDER ਸਿੰਘ ਗਰੰਥੀ ਤੇ ਮੇਰੇ ਗਿੱਲ ਸਾਹਿਬ ਜੀ ਤੇ ਕਰਨ ਦੇ ਦੋ ਚਾਰ ਸਿੱਖ ਮੁੰਡੇ ਨਾਲ ਸਾਡੇ ਪਿੱਛੇ ਤੇ ਆਪ ਵੀ ਆਏ ਅਈ ਦਰਵਾਸਾ ਖੋਲਿਆ ਪ੍ਰਕਾਸ਼ ਸਾਹਿਬਾ ਕੀਤੀ ਝਾੜੂ-ਝੂੜ ਮਾਰਿਆ ਤੇ ਪ੍ਰਕਾਸ਼ ਕੀਤਾ ਸੁਖਮਨ ਸਾਹਿਬ ਦੇ ਪਾਠ ਵੀ ਕੀਤੇ ਅਸੇ ਦੀਵਾਰ ਦੇ ਕੀਰਤਨ ਵੀ ਕੀਤਾ ਡੇਢ ਹੋਇਆ ਜੋ ਉਸ ਵਕਤ ਮੌਜੂਦਾ ਰਾਗੀ ਸਨ ਉਹਨਾਂ ਨੂੰ ਬੁਲਾ ਲਿਆ ਤੇ ਕਥਾ ਵਿਗਿਆਨਿਕ ਵੀ ਜਿੰਨੇ ਕੁ ਸਮਾਂ ਹੁੰਦੀ ਸੀ ਅੱਧਾ ਘੰਟਾ ਪੰਨਾ ਉਹ ਵੀ ਹੋਈ ਤੇ ਉਹ ਜੋ 4:00 ਬਜੇ 5 ਤੇ ਸਾਡੇ ਪਰਲੇ ਪਾਸੇ ਕੁਆਟਰ ਇਸ ਲੋਕ ਸਾਨੂੰ ਉਹਨਾਂ ਨੂੰ ਫੜ ਕੇ ਬਨ ਕੇ ਲੈ ਆਏ ਇਹ ਸਾਡੇ ਪਾਸੇ ਮੈਨੂੰ ਇਹ ਸੀ ਵੀ ਸਾਡੇ ਘਰ ਦੇ ਲੋਕ ਉਧਰ ਤੇ ਬਾਰੇ ਗਏ ਤਾਂ ਉਹਨਾਂ ਨੂੰ ਇਹ ਸੀ ਵੀ ਇੱਧਰ ਲੋਕ ਸਾਰੇ ਆਮਾਰੇ ਗਏ ਕਿਉਂਕਿ ਪਿੰਡਾਂ 'ਚ ਬਹੁਤ ਇੱਕ ਡਰ ਪੈ ਪੀੜ ਹੋ ਗਿਆ ਸੀ ਕਿ ਇਹ ਜਿਹੜੇ ਲੋਕ ਦੁਖਨੌਰ ਸੰਗਤੀ ਵਿੱਚ ਬੈਠੀ ਹੈ ਮਨ ਲਾਜ਼ੀਮ ਬੈਠੇ ਉਹ ਸਾਰੇ ਮਾਰ ਦਿੱਤੇ ਗਏ ਨੇ ਪਰ ਚਲੋ ਸਤਿਗੁਰੂ ਗੁਰੂ ਗੰਸਾਹਿ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਨਵੇਂ ਪਾਛੇ ਨੇ ਸਾਰੇ ਤੇ ਕਿਰਪਾ ਰੱਖੀ ਪਰ ਫਿਰ ਵੀ ਸਤਾਰਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਦਾਸ ਨੇ ਤਿੰਨ ਖੁਦ ਦੇਖਿਆ ਇੱਕ ਸਰੋਵਰ ਤੇ ਮਰਿਆ ਇੱਕ ਨਿਸ਼ਾਨ ਸਾਹਿਬ ਤੇ ਮਰਿਆ ਸਿੰਘ ਸ਼ਹੀਦ ਇੱਕ ਪੌੜੀਆਂ ਜੋ ਉਤਰਦੇ ਹਨ ਗੁਰਦੁਆਰੇ ਦੇ ਥੱਲੇ ਨੂੰ ਕੁਆਟਰਲੇ ਨੂੰ ਉੱਥੇ ਤਿੰਨ ਸਿੰਘ ਸ਼ਹੀਦ ਦੇਖਿਆ ਤੇ ਬਾਕੀ ਜਿਹੜੇ ਸਾਨੂੰ ਉਹ ਸਰਾ ਚ ਕਹਿੰਦੇ ਨੇ ਸ਼ਹੀਦ ਹੋਏ ਉਹਨਾਂ ਦੇ ਉਸਟ ਮਾਸਟਰ ਵੀ ਕਰਾਇਆ ਮਰੇ ਸਾਹਿਬ ਨਾਲ ਹੈ ਕਿ ਫੋਲ ਲੈ ਕੇ ਉਹਨਾਂ ਸਸਕਾਰ ਵੀ ਬਡੂੰਗਰ ਦੀ ਬੜੀ ਕਹਿੰਦੇ ਕੀਤਾ ਗਿਆ ਸੋ ਇਸ ਸਾ ਸੰਗਤ ਇਹ ਜੋ 1984 ਦਾ 4 ਤੇ 5 6 ਜੂਨ ਦਾ ਦਿਨ ਹੈ ਇਹ ਸਾਨੂੰ ਕਦਾ ਚਿੱਤ ਨਹੀਂ ਭੁੱਲੇਗਾ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਜਿਨ੍ਹਾਂ ਨੇ ਆਪਣੇ ਸਿਰਾਂ ਤੇ ਜਿਨ੍ਹਾਂ ਨੇ ਆਪਣੇ ਉਸ ਸਮੇਂ ਚ ਨਵਾਏ ਇਹ ਕਦੀ ਕਿਸੇ ਨੂੰ ਨਹੀਂ ਭੁੱਲੇਗਾ ਜਿਨ੍ਹਾਂ ਨੇ ਇਸ ਵੇ ਨੂੰ ਆਪਣੇ ਅੱਖੀ ਦੇਖਿਆ ਇਸ ਵਾਸਤੇ ਗੁਰੂ ਕੇ ਪਿਆਰਿਓ ਇਹ ਜੋ ਸਾਡੀ ਸਰਕਾਰ ਸਾਡੀ ਬਣਾਈ ਹੋਈ ਇਹਨਾਂ ਨੇ ਜ਼ੁਲਮ ਕੀਤਾ ਕਹਿੰਦੇ ਨੇ ਇਤਿਹਾਸ ਦੱਸਦਾ ਹੈ ਕਿ ਅਬਦਾਲੀ ਵੀ 153 ਦਿਨ ਬਾਅਦ ਮਾਰਿਆ ਗਿਆ ਤੇ ਮੋਸਾ ਰੰਗੜ ਵੀ ਮਾਰੇ ਮਸਾ ਰੰਗੜ ਵੀ ਮਾਰਿਆ ਗਿਆ ਤੇ ਜੋ ਇੰਦਰਾ ਗਾਂਧੀ ਉਹ ਵੀ ਮਾਰੇਗੀ ਇਸ ਦਰ 153 ਦਿਨ ਬਾਅਦ ਕਿਉਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਨਾਰ ਛੇ ਪਾਸ਼ਾ ਮੇਰੀ ਪੀੜ ਦੇ ਤਖਸੈ ਨਾਲ ਕੋਈ ਮੱਥਾ ਲਾਉਂਦਾ ਉਹ ਅਜੇ ਤੱਕ ਬਸਿਆ ਨਹੀਂਗਾ ਤੇ ਨਾ ਹੀ ਬਸਦਾ ਕਿਉਂਕਿ ਗੁਰੂ ਦੀ ਨਾਲ ਮੱਥਾ ਲਾਉਣਾ ਇਹ ਮਹਿੰਗਾ ਪੈਂਦਾ ਸੋ ਸੰਗਤ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਅਮਰ ਸ਼ਕੀ ਅਮਰ ਸ਼ਾਹ ਕੇ ਗੁਰੂ ਹਲ ਬਣੀਏ ਤਾਂ ਕਿ ਸਾਡੀ ਸਰਦਾ ਤੇ ਪਾਵਣੀ ਬਣੀ ਰਹੇ ਸਤਿਗੁਰੂ ਗੁਰੂ ਤੇਗ ਬਸ ਪੌਣ ਸਥਾਨ ਤੇ ਸਤਿਗੁਰੂ ਨੌਵੇਂ ਪਾਸ਼ਾ ਨੇ ਇਹ ਬਖਸ਼ਿਸ਼ ਕੀਤੀ ਹੈ ਆਉਂਦੇ ਤੇ ਭਾਈ ਜਿਹੜਾ ਇਸ ਸਥਾਨ ਤੇ ਦੁੱਖ ਨਵਾਸਰ ਸਰੋਵਰ ਸਾਹਿਬ ਸਿਨਾਣ ਕਰੇਗਾ ਉਹ ਦੁੱਖਾਂ ਦਾ ਨਾਸ ਹੋਗਾ ਦੁੱਖ ਦੂਰ ਹੋਣਗੇ ਉਹਨਾਂ ਦੁੱਖਾਂ ਦੀ ਨਿਵਰਤੀ ਹੋਏਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਦਿਨ ਚੜ ਗਿਆ ਉੱਪਰ ਪ੍ਰਾਤਨ ਦਰਬਾਰ ਸੀਗਾ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਜੀਬ ਰਹਿਦੇ ਸੀ ਪ੍ਰਾਣਵੀ ਪ੍ਰਾਤਨ ਵੀ ਉੱਥੇ ਗਿਆਨੀ ਗੁਰਦੇਵ ਸਿੰਘ ਨੂੰ ਤੇ ਗਿਆਨੀ ਗ੍ਰਿਵੇਸ਼ ਨੂੰ ਉੱਪਰ ਵੀ ਲੈ ਗਏ ਫੌਜ ਨੂੰ ਉਸ ਵਕਤ ਉੱਤੇ ਵੀ ਜਾ ਕੇ ਪੂਰਾ ਕਲਾ ਕਲੇ ਮਾਰਸੂ ਦੀ ਸ਼ਾਨ ਬਣ ਕੀਤੀ ਕਿ ਇਸ ਕੋਈ ਗੋਲੀ ਕੋਈ ਬਦੂ ਕੋਈ ਪਸਤੌਲ ਕੋਈ ਬੰਬ ਨਾ ਰੱਖਿਆ ਇਹ ਬਹੁਤ ਸਾਰੇ ਹੀ ਕੰਪਲੈਕਸ ਦੀ ਗੁਰਦਾਸ ਸਾਹਿਬ ਦੀ ਸਰਾਂ ਦੀ ਕਿ ਕੁਆਰਟਰਾਂ ਦੀ ਕਿ ਕੀ ਸਾਰੀ ਉਹਨਾਂ ਨੇ ਪੜਤਾਲ ਕੀਤੀ ਤੇ ਜਦੋਂ ਅਸੀਂ ਸਾਰੇ ਲੋਕ ਸਾਨੂੰ ਫੜ ਕੇ ਉੱਤੇ ਬਿਠਾ ਲਿਆ ਤੇ ਸਾਡੇ ਘਰਾਂ ਚੋਂ ਵੀ ਉਸ ਵਕਤ ਮੈਂ ਜੇ ਮੈਨੂੰ ਪਤਾ ਹੈ ਮੇਰੇ ਕੋ ਸੋਨੇ ਦਾ ਕੜਾ ਵੀ ਵਿਆਹ ਚ ਪਾਇਆ ਸੀਗਾ ਤੇ ਮੇਰੇ ਘਰਾਂ ਦੇ ਮੜੇ ਬੋਟੇ ਕੱਢ ਛਾੜੇ ਐਸਨ ਤੇ ਉਹ ਤੇ ਕੁਝ ਪੰਜ 4000 ਜਿਆਦਾ ਨਹੀਂ ਕਹਿੰਦਾ ਬਹੁਤਾ 20000 ਨਹੀਂ ਪੰਜ 4000 ਰੁਪਿਆ ਉਹ ਵੀ ਸੀ ਉਹ ਸਾਰੇ ਉਹ ਲੋਕਾਂ ਨੇ ਫੌਜਾਂ ਨੇ ਸਾਡੇ ਸਾਰਾ ਕੱਢ ਰਿਆ ਜੋ ਦੁੱਧ ਪਾਣੀ ਪਿਆ ਸੀ ਮੜ ਉਹ ਵੀ ਚੱਕ ਕੇ ਲੈ ਗਏ ਜਿਵੇਂ ਸ਼ਰਦਾ ਭਾਵਨਾ ਦੇ ਨਾਲ ਹਰ ਰੋਜ਼ ਪ੍ਰਕਾਸ਼ ਕੀਤਾ ਜਾਂਦਾ ਸਵੇਰੇ ਤੇ ਉਸ ਦਿਨ ਕੀ ਮਾਹੌਲ ਸੀਗਾ ਉਸ ਦਿਨ ਜਦੋਂ ਤੁਸੀਂ ਸਵੇਰੇ ਜਾਂਦੇ ਹੋ ਉੱਥੇ ਹੁੰਦੇ ਹੋ ਤੁਸੀਂ ਕੀ ਫੌਜ ਨਾਲ ਗੱਲਬਾਤ ਹੁੰਦੀ ਹੈ ਕੀ ਫੌਜ ਕੀ ਕਹਿੰਦੀ ਹੈ ਉਸ ਵੇਲੇ ਮਨਾ ਕਰਦੀ ਹੈ ਤੁਹਾਨੂੰ ਕਿ ਅੰਦਰ ਨਹੀਂ ਜਾਣਾ ਕਿਉਂਕਿ ਆਸਥਾ ਜੁੜੀ ਹੁੰਦੀ ਹੈ ਸੰਗਤ ਦੀ ਜੀ ਨਹੀਂ ਸੰਗਤ ਤਾਂ ਕਿਸੇ ਨੂੰ ਅੰਦਰ ਜਾਣ ਦਿੱਤਾ ਹੀ ਨਹੀਂ 4 ਤਰੀਕ 5 ਤਰੀਕ ਤੋਂ ਦੁਪਹਿਰ ਤੋਂ ਬਾਅਦ ਸੰਗਤ ਨੂੰ ਤਾਂ ਜੋ ਇੱਥੇ ਆਈ ਸੀ ਬੈਠੀ ਸੀ ਜਿੱਤੇ ਵੀ ਲੋ ਬੜਸਨ ਕੋ ਲੰਗਰ ਹਾਲ ਚ ਕੋ ਸਰੋਵਰ ਤੇ ਕੋ ਸਰਾਂਚ ਬਿਟਦੇ ਨੇ ਉੱਥੇ ਹੀ ਬੈਠੇ ਨੇ ਉਹਨਾਂ ਨੂੰ ਪੰਜ ਤਰੀਕ ਨੂੰ ਨਹੀਂ ਜਾਣਤਾ ਦੇ ਬਾਅਦ ਤੇ ਜਦੋਂ ਅਸੀਂ ਪ੍ਰਕਾਸ਼ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਕਾਰਨਲ ਸਾਹਿਬ ਨਾਲ ਮਲੇਜਰ ਅਰਜੇਬ ਸਿੰਘ ਗੇਲ ਨੇ ਗੱਲ ਕੀਤੀ ਕਿ ਇਸ ਤਰ੍ਹਾਂ ਸਾਡਾ ਜੋ ਮਰਯਾਦਾ ਦਰਬਾਰ ਦੀ ਉਹ ਅਸੀਂ ਨਿਭਾਉਣੀ ਹੈ ਤੇ ਤੁਸੀਂ ਅਰਜਾਦ ਸੰਦਿਓ ਅਸੀਂ ਜਾ ਕੇ ਦੋ ਗ੍ਰੰਤੀ ਸਿੰਘ ਲੈ ਕੇ ਪ੍ਰਕਾਸ਼ ਕਰੀਏ ਗੁਰਗੰਸਾ ਮਹਾਰਾਜ ਦਾ ਤਾਂ ਕਿ ਇਹ ਜੋ ਮਰਜ਼ਾਦਾ ਚਲਦੀ ਰਹੇ ਇਹਦੇ ਕੋਈ ਵਿਗਨ ਨਾ ਪਵੇ ਹੋ ਸਕਦਾ ਕਰਨਾ ਸਾਹਿਬ ਨੇ ਆਪਣੇ ਜਰਣਾ ਨਾਲ ਆਪਣੇ ਕੁਮਰ ਨਾਲ ਜਬ ਵੱਡਿਆਂ ਨਾਲ ਗੱਲ ਕੀਤੀ ਪਰ ਉਹ ਸਾਨੂੰ ਉਹਨੇ ਇਜ਼ਾਜ਼ਤ ਦੇ ਦਿੱਤੀ ਨਾਲ ਹੀ ਸਾਡੇ 4 2 4 ਉਹਨਾਂ ਨੇ ਫੋੜ ਦੇ ਸਪਾਈ ਸੂਬੇਦਾਰ ਤੇ ਆਪ ਵੀ ਕਰਨਾ ਸਾਹਿਬ ਨਾਲ ਹੀ ਸਾਡੇ ਪਰ ਕੋਈ ਅਸੀ ਗੱਲ ਕਿਸੇ ਕੰਤੂ ਕਿੰਤੂ ਪਰੰਤੂ ਅਲੀ ਹੋਈ ਕਿ ਅਸੀਂ ਦਰਬਾਰ ਸਾਹਿਬ ਦੀ ਅਰਦਾਸ ਕੀਤੀ ਦਰਬਾਰ ਸਾਹਿਬ ਦਾਕਵਾੜ ਖੋਲਿਆ ਖੋਲ ਕੇ ਅਸੀਂ ਆਪਣੇ ਜੋ ਜਿਵੇਂ ਮਰਿਆਦਾ ਸੀ ਚਾਦਰਾਂ ਝਾੜੀਆਂ ਉਸਾਈ ਕੀਤੀ ਦੁਬਾਰਾ ਫਿਰ ਚੜ ਕੇ ਸਤਿਗੁਰ ਸੁਖਾ ਸੰਸਥਾਨ ਦੀ ਉੱਥੇ ਵੀ ਪ੍ਰਕਾਸ਼ ਕੀਤਾ ਸੁਖਾ ਸੰਸਥਾਨ ਤੋਂ ਉਹਨਾਂ ਨੇ ਉੱਥੇ ਵੀ ਜਿੱਥੇ ਗੁਰਗਸੇ ਸੁਖਾ ਸੰਸਥਾਨ ਹੈ ਉੱਥੇ ਵੀ ਉਹਨਾਂ ਨੇ ਸ਼ਾਨਭੂ ਪੂਰੀ ਕੀਤੀ ਅੰਦਰ ਦਰਵਾਸਾ ਦੀ ਸ਼ਾਨਭੂ ਪੂਰੀ ਕੀਤੀ ਤਾਂ ਕਿ ਕੋਈ ਜਿਹਰਦੰਦ ਕੋਈ ਐਸੇ ਬੰਮ ਪਿਆਵੇ ਕੋਈ ਚੀਜ਼ ਨਾ ਪਈ ਹੋਵੇ ਡਰਦੇ ਸਾਨੂੰ ਵੀ ਤੇ ਇਸ ਵਾਸਤੇ ਕੋਈ ਉਹ ਗੱਲਬਾਤ ਸਾਡੇ ਨਾਲ ਕੋਈ ਇਸ ਦਾ ਆਪਣਾ ਮਰਜ਼ਾ ਦਾ ਚ ਰਹਿ ਕੇ ਹੀ ਗੁਰਗੰਸਾ ਪ੍ਰਕਾਸ਼ ਕੀਤਾ ਸੁਖ ਜੀ ਦੇ ਪਾਠ ਸ਼ੁਰੂ ਕਰਤੇ ਉਸ ਤੋਂ ਬਾਅਦ ਅਸਾ ਦੇ ਵਾਰ ਦਾ ਕੀਰਤਨ ਵੀ ਕੀਤਾ ਅੱਧਾ ਜੋ ਹੁੰਦਾ ਟਾਈਕੰਡ ਸੀ ਪਰ ਕਹਿੰਦਾ ਅੱਧਾ ਹੀ ਹੋ ਡੇੜੀ ਹੋਇਆ ਕਥਾਵਿਕਿਆਨਿਕ੍ਰਮਿਸ਼ੇ ਨੇ ਉਸ ਤੋਂ ਅੱਧਾ ਘੰਟਾ ਕੀਤੀ ਪਰ ਦਿਨ ਚੜ ਗਿਆ ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਕੁਆਟਰਾਂ ਚ ਭੇਜਤਾ ਕਿ ਜਾਓ ਜਿੰਨਾ ਤੇ ਅਸੀਂ ਤੁਹਾਨੂੰ ਨਹੀਂ ਕਵਾਂਗੇ ਤੁਸੀਂ ਕੁਆਟਰ ਤੋਂ ਬਾਹਰ ਨਹੀਂ ਨਿਕਲਣਾ ਫਿਰ ਮੁਰਾਜ਼ਮ ਦਾ 11 12 ਦੇ ਬਾਹਰਲੇ ਲੰਗਰ ਜਾ ਕਲੰਦਰ ਲੰਗਰ ਲੈਂਦਾ ਕਿਸ ਲੰਗਰ ਚੋਂ ਪਰ ਉਹ ਸਮਾਂ ਜਿਹੜਾ ਸੀ ਬਹੁਤ ਮਾੜਾ ਬਹੁਤ ਅਤਕਣਾਉਣਾ ਸਾਡੀ ਸਰਕਾਰ ਹਿੰਦੁਸਤਾਨ ਦੀ ਨੇ ਸਾਡੇ ਲੋਕਾਂ ਨਾਲ ਇੰਨਾ ਮਾੜਾ ਕੀਤਾ ਕਿ ਜਿਸ ਸਿੱਖ ਕੌਮ ਹੈ ਇਹਨੂੰ ਖਤਮ ਕਰਨ ਦਾ ਉਹ ਤਿਆਰ ਰੱਖਿਆ ਸੀਗਾ ਇਸ ਸਿੱਖ ਕੌਮ ਨੂੰ ਖਤਮ ਕਰਨ ਦਾ ਪਰ ਗੁਰੂ ਕੇ ਪਿਆਰਿਓ ਸਿੱਖ ਕੌਮ ਗੁਰੂ ਨਾਨਕ ਦੇ ਬੀਜ ਵਿਝਿਆ ਹੈ ਕੈਦਰ ਪਾਸ਼ਾ ਗੁਰੂ ਗੋਬਿੰਦ ਸਿੰਘ ਬੀ ਬਿਜਾ ਇਹ ਕਦੀ ਖਤਮ ਨਹੀਂ ਹੋਏਗਾ ਤੇ ਨਾ ਇਹਨੂੰ ਖਤਮ ਕਰਨਾ ਜੰਮਿਆ ਹੈ ਇਹ ਦਿਨ ਦੁਗਈ ਰਾਤ ਚੌਗਈ ਤਰੱਕੀ ਕਰਦੇ ਜਾ ਰਹੇ ਨੇ ਸੱਚੇ ਪਾਸ਼ਾ ਦੀ ਰਹਿਮਤਾ ਨੇ ਜਿਹੜਾ ਸਿੱਖ ਅੰਮ੍ਰਿਤ ਅੰਮ੍ਰਿਤ ਰਸ ਸੰਭਾਲਦਾ ਹੈ ਨਾਮ ਜਪਦਾ ਹੈ ਸਿਮਰ ਕਰਦਾ ਹੈ ਉਹਦਾ ਵਾਲ ਵੀ ਵੰਗਾ ਨਿਵਾ ਨਾ ਹੋਏਗਾ ਕਿਉਂ ਇਹ ਸੁਰਦੇਵ ਜੀ ਜਦੋਂ ਤੁਸੀਂ ਲਾਸ਼ਾਂ ਦੇਖੀਆਂ ਜਿਵੇਂ ਤੁਸੀਂ ਦੱਸਿਆ ਨਿਸ਼ਾਨ ਸਾਹਿਬ ਕੋਲ ਲਾਸ਼ਾਂ ਸੀਗੀਆਂ ਇੱਕ ਇੱਕੇ ਮੌਤ ਹੋਈ ਸੀ ਤੇ ਇੱਕ ਲਾਸ਼ ਤੁਸੀਂ ਪੋੜੀਆਂ ਦੇ ਕੋਲ ਦੇਖੀ ਸੀ ਉਦੋਂ ਤੁਹਾਡੇ ਮਨ ਚ ਕੀ ਆਇਆ ਕੀ ਇਹ ਹਾਲਾਤ ਮੇਰੇ ਵੀ ਹੋ ਸਕਦੇ ਨੇ ਕਿਉਂਕਿ ਜਿਹੜੀ ਫੌਜ ਐ ਫੌਜ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਤੁਸੀਂ ਵੀ ਵਿੱਚ ਹੀ ਸੀਗੇ ਤੁਹਾਨੂੰ ਕੀ ਲੱਗਾ ਕਿ ਮੇਰਾ ਵੀ ਇਹ ਹਾਲ ਹੋ ਸਕਦਾ ਨਹੀਂ ਸਾਨੂੰ ਡਰ ਸੀ ਪੂਰਾ ਸੀ ਹੋ ਸਕਦਾ ਸੜਨ ਵੀ ਸਾਨੂੰ ਮਾਰਦੇ ਨੇ ਸਾਨੂੰ ਇਸ ਜਿੱਤੇ ਸਾਨੂੰ ਫੜਿਆ ਨਾ ਨੇ ਸਾਨੂੰ ਇੱਕ ਪੂਰਾ ਖਤਰਾ ਹੋ ਗਿਆ ਵੀ ਇਹ ਸਾਨੂੰ ਮਾਰ ਦੇਣਗੇ ਸਾਨੂੰ ਛੱਡਦੇ ਨਹੀਂਗੇ ਸਾਰਿਆਂ ਨੇ ਪਰ ਉਹ ਜਦੋਂ ਲਾਸ਼ਾਂ ਉੱਤੇ ਪਏ ਸੀ ਅਸੀਂ ਉਤੋਂ ਲੰਘ ਕੇ ਥੱਲੇ ਆ ਚੁੱਕੇ ਸੀਗੇ ਉਸ ਤੋਂ ਬਾਅਦ ਸਾਨੂੰ ਪੜਿਆ ਕਿਉਂਕਿ ਅਸੀਂ ਦਰਬਾਰ ਸਾਹਿਬ ਵਿਖੇ ਸੀਗੇ ਉਹ ਲਾਸ਼ਾਂ ਸਰੋਵਰ ਤੇ ਨਿਸ਼ਾਨ ਸਾਹਿਬ ਤੇ ਤੇ ਪੌੜੀਆਂ ਤੇ ਮੈਂ ਆਪ ਅੱਖੀ ਦੇਖਿਆ ਨੇ ਇਹ ਜੀ ਪਤਾ ਕਿਹਦੇ ਸੰਗਤ ਸੀਗੇ ਸੰਗਤ ਚ ਪਰ ਅੱਜ ਵੀ ਸਾਡੇ ਇੱਥੇ ਬਿਜਲੀ ਮਿਸਤਰੀ ਮੌਜੂਦ ਹੈ ਨਵਲ ਸਿੰਘ ਉਹਦਾ ਅਪਰਾਧ ਸ਼ਹੀਦ ਹੋਇਆ ਸੀਗਾ ਉਹ ਵਕਤ ਇਹ ਜੋ ਸਾਨੂੰ ਪੂਰਾ ਪੈਸੀ ਡਰ ਸੀਗਾ ਵੀ ਪਤਾ ਨਹੀਂ ਕਦੋਂ ਮਾਰ ਜਿੰਦੂ ਫੜ ਕੇ ਵੀ ਲੈ ਗਿਆ ਨਾ ਸਾਡੇ ਹੱਥ ਬੰਨ ਲੈ ਸਾਨੂੰ ਤਾਂ ਵੀ ਅੰਦਰ ਸਾਡੇ ਤੇ ਡਰ ਸੀਗਾ ਵੀ ਸਾਨੂੰ ਉੱਥੇ ਇਕੱਠੇ ਕਰਕੇ ਮਾਰਨਗੇ ਪਤਾ ਨਹੀਂ ਕਦੋਂ ਗੋਲੀ ਚਲਾ ਦੇਣੇ ਕਿਉਂਕਿ ਸਿੱਖਾਂ ਦੀ ਦੁਸ਼ਮਣ ਦੇ ਲਈ ਸਰਕਾਰ ਬਣੀ ਹੋਈ ਹੈ ਇਹਦਾ ਕੋਈ ਪਤਾ ਨਹੀਂ ਪਰ ਜਿਸ ਦਾ ਸਹਬ ਡਾਡਾ ਹੋਏ ਤੇ ਸਾਨੂੰ ਮਾਰ ਨਾ ਸਕੇ ਕੋਈ ਜਿਹਦਾ ਸਹਬ ਡਾਡਾ ਨੂੰ ਉਹਨੂੰ ਕੋਈ ਮਾਰਨ ਵਾਲ ਜੰਮਿਆ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਸਿੱਖ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਕੋਈ ਨਹੀਂ ਮੱਸਦਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਸਾਹਿਬ ਦਾ ਥਾਪੜ ਦਿੱਤੀ ਹੋਈ ਕੌਮ ਹੈ ਅੱਜ ਵੀ ਜਿੰਦੀ ਹੈ ਤੇ ਸਦਾ ਹੀ ਇਹ ਜਿੰਦੀ ਰਹੇਗੀ ਦੁਸ਼ਮਣ ਲੋਕ ਖਤਮ ਹੋ ਜਾਣਗੇ ਇਹ ਸਰਕਾਰਾਂ ਖਤਮ ਹੋ ਜਾਣਗੀਆਂ ਜਿਹੜੀ ਕਿ ਇਹੋ ਜਿ ਅਤਕ ਨਾਉਣੇ ਗੱਲਾਂ ਕਰਦੀਆਂ ਨੇ ਸੱਚਖੰਡ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸਾ ਦਰਬਾਰ ਸਾਹਿਬ ਪ੍ਰਕਾਸ਼ ਉੱਥੇ ਗੋਲੀ ਚਲੇਗੀ ਇਸ ਤੋਂ ਵੱਡੀ ਕਿਹੜੀ ਕੁਰਾਣਾ ਸਾਡਾ ਇਤਿਹਾਸ ਸਾਡੇ ਗੁਰੂ ਗ੍ਰੰਥ ਸਾਡੇ ਪੋਥੀਆਂ ਵੀ ਉੱਥੇ ਉਹਨਾਂ ਨੇ ਗੋਰੀਆਂ ਚਰਾਈਆਂ ਤੇ ਤਬਾਹ ਕੀਤੀਆਂ ਇੱਥੇ ਵੀ ਮੈਂ ਬੇਨਤੀ ਕੀਤੀ ਦੋਹਾਂ ਸਭ ਤੇ ਗੁਰਗ੍ਰਸਬ ਸਰੂਪ ਐਸਨ ਬਿਰਦੀਸਨ ਨਵੇਂ ਵੀ ਸਨ ਉਹ ਕਲਾ ਕਲਾ ਸਰੂਪ ਗਿਆਨੀ ਗੁਰਦੇਸ ਉਸ ਵਕਤ ਅਨਚਾਰ ਸੰਖੰਟ ਪੜ੍ਹਦੇ ਉਹਨਾਂ ਨੂੰ ਲਾ ਕੇ ਉਹ ਕਲਾ ਕਲਾ ਸਰੂਪ ਜਾ ਕੇ ਸਾਰੀ ਪ੍ਰਤਾਰਕਤੀ ਸ਼ਾਨ ਬੇਨ ਕੀਤੇ ਕਿ ਇੱਥੇ ਕੋਈ ਬੰਬ ਕੋਈ ਇੱਥੇ ਚੀਤਨ ਪਈ ਪਰ ਉੱਥੇ ਕੁਝ ਨਹੀਂ ਮਿਲਿਆ ਕਿਉਂ ਤੇ ਕਿਉਂਕਿ ਗੁਰੂ ਸਾਹਿਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਤਸ਼ਾਹ ਉਹ ਬਹੁਤ ਡੱਡਾ ਹੈ ਦੁਸ਼ਮਣ ਉਹਦੇ ਕਦੀ ਨਹੀਂ ਟਿਕ ਸਕਦਾ ਪਰ ਸਤਿਗੁਰ ਦਿਆਲੂ ਵੀ ਨੇ ਕਿਉਂ ਦਿਆਲੂ ਇਸ ਰਾਤੇ ਨੇ ਉਹ ਦੇਖਦੇ ਨੇ ਸਭਾ ਪਾ ਕੇ ਬੇ ਬੰਦੇ ਚੰਗਾ ਕੀਤਾ ਮਾਰ ਜਦੋਂ ਮਾਰਾ ਬੰਦਾ ਕਰਦਾ ਉਹ ਆਪਣਾ ਵੀ ਗੁਰੂ ਦੇ ਘਰ ਨਾਲ ਹੋਰ ਤੇ ਖਤਮ ਹੋ ਜਾਂਦਾ ਇਸ ਤਰ੍ਹਾਂ ਅਫਦਾਲੀ ਆਇਆ ਮਸਾਰੰਗੜ ਆਇਆ ਇੰਦਰਾ ਗਾਂਧੀ ਆਈ ਹੋਰ ਵੀ ਆਏ ਉਹ ਸਾਰੇ ਸ਼ਹੀਦ ਹੋ ਕੇ ਮਾਰਤੇ ਲੋਕਾਂ ਨੇ ਅੱਜ ਵੀ ਪਤਾ ਨਹੀਂ ਮੈਂ ਤਾਂ ਵੇਖੋ ਬੇਇਤੀ ਕਰਦਾ ਮੋਦੀ ਸਰਕਾਰ ਬੈਠੀ ਐ ਉਹਨੂੰ ਚਾਹੀਦਾ ਕਿ ਜੋ ਕਿਸਾਨ ਸਾਡੇ ਧੀਆਂ ਸਾਡੇ ਭੈਣਾ ਸਾਡੇ ਬੱਚੇ ਸਾਡੇ ਬਜ਼ੁਰਗ ਉਹ ਬੈਠੇ ਨੇ ਗੱਲ ਕੁਛ ਨਹੀਂ ਇਹ ਤਿੰਨ ਕਾਨੂੰਨ ਕਿਹੜੀ ਗੱਲ ਹੈ ਇਹ ਦੁਆਰਾ ਵੀ ਬਣ ਸਕਦੇ ਨੇ ਤੇ ਕੋਈ ਐਡੀ ਗੱਲ ਨਹੀਂ ਕਿ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਜਾਓ ਤੇ ਆਪ ਆਪਨੇ ਕਰੇ ਬੱਚੇ ਜੋ ਅੱਜ ਮਹਾਂਮਾਰੀ ਕਰੋਨਾ ਚ ਲੋਕ ਮਰ ਰਹੇ ਨੇ ਕੋਈ ਸਮਝ ਨਹੀਂ ਕੋਈ ਕਹਿੰਦਾ ਹੈ ਨਹੀਂ ਕੋਈ ਕਹਿੰਦਾ ਹੈ ਗਈ ਆ ਪਰ ਚਲੋ ਜਿਸ ਨੇ ਬੀਦੀ ਉਸ ਨੂੰ ਪਤਾ ਇਸ ਵਾਸਤੇ ਸਾਡੀ ਰਹੀ ਅਦਾਸਾ ਗੁਰੂ ਚਰਨਾਂ ਚ ਗੁਰੂ ਤੇਗ ਬ ਚਰਨਾਂ ਚ ਜਗਤ ਰੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਬਰੇ ਤੇਤੇ ਲੇਹੋਵਾਰ ਸਾਰੇ ਲੋਕਾਂ ਦਾ ਸਾਰੇ ਸੰਸਾਰ ਦਾ ਮਹਾਰਾਜ ਇਸ ਸਿੱਖ ਜਿਹੜਾ ਨੇ ਇਸ ਸਭ ਦਾ ਭਲਾ ਮੰਗਣ ਆਇਆ ਇਹ ਕਿਸੇ ਦਾ ਬੁਰਾ ਕਰਨ ਆ ਰਿਹਾਗਾ ਇਹਦੀ ਮੰਨ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਗੋਬਿੰਦ ਸਿੰਘ ਬਾਰੇ ਗੁਰੂ ਗੰਸਾ ਦੀ ਬਾਣੀ ਚ ਇਹੀ ਸਾਨੂੰ ਮਿਲਦਾ ਹੈ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਵਰਕਾ ਬੁਰਾ ਨਾ ਕੋਚਿਤ ਕਿਉਂਕਿ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦਾ ਸਿੱਖ ਕੋ ਮੈਸੀ ਇਕ ਹੈ ਉਹ ਕਿਸੇ ਦਾ ਬੁਰਾ ਕਰਨਾ ਚਾਹੁੰਦੀ ਨਹੀਂ ਪਰ ਗੁਰੂ ਉਹ ਅਸੀ ਬਖਸ਼ਣ ਦੀ ਜੋ ਸਿੱਖਾਂ ਤੇ ਪੰਥ ਤੇ ਗੁਰੰਤੇ ਇਹ ਕਰਦਾ ਵਾਰ ਤੋਂ ਆਪਣੇ ਆਪ ਹੀ ਖਤ ਹੋ ਜਾਂਦਾ ਇਹ ਛੋ ਸਤ ਸੰਗਤ 1984 ਸਾਨੂੰ ਕਦੀ ਨਹੀਂ ਭੁੱਲੇਗਾ ਜਦੋਂ ਅਸੀਂ ਬਾਜੀ ਹੁੰਦਾ ਜਾਂ ਮੇਰੇ ਜਿਹੜੇ ਸੰਗੀ ਸਾਥੀ ਸੇਵਾਦਾਰ ਸਨ ਜਾਂ ਗ੍ਰੰਥੀ ਸੰਨ ਕਲਰਕ ਸਨ ਉਹਨਾਂ ਨੂੰ ਨਹੀਂ ਭੁੱਲੇਗਾ ਤੇ ਸਾਡੇ ਬੱਚਨ ਅਸੀਂ ਦੱਸਦੇ ਹੁੰਨੇ ਆ ਕਰਨ ਆ ਹੋਈ ਸਾਡੇ ਦਾ ਫੌਜ ਨਾ ਕੀਤਾ ਉਹ ਕੀਤਾ ਇਸ ਵਾਸਤੇ 1947 ਸਾਡੇ ਬਜ਼ੁਰਗਾਂ ਨੇ ਭੁਗਤਿਆ ਉਹ ਨਹੀਂ ਭੁੱਲੇ ਉਹ ਸਾਨੂੰ ਇਤਿਹਾਸਦਨ ਵੀ ਅੱਜ ਸਾਡੇ ਨਾਲ ਹੋਇਆ ਤੇ ਇਸ ਤਰ੍ਹਾਂ ਅਸੀਂ 1984 4 5 6 ਜੋ ਜੂਨ ਹੈ ਇਹ ਕਦਾ ਚਿੱਤ ਨਹੀਂ ਪੁੱੜ ਸਕਦੇ ਜਿਹਨਾਂ ਦੇ ਸਾਡੇ ਸਾਹ ਹੈ ਤੇ ਇਹ ਕਿਉਂਕਿ ਅਸੀਂ ਆਪਣੇ ਸਿਰ ਤੇ ਮੋਢਾਂ ਤੇ ਅੰਡਾਇਆ ਸਮਾਂ ਜਿਹੜਾ ਮੌਕਾ ਅੱਖੀ ਦੇਖਿਆ ਇਸ ਵਾਸਤੇ ਸਾਧ ਸੰਗਤ ਗੁਰੂ ਅੱਗੇ ਅਰਦਾਸ ਹੈ ਮਹਾਰਾਜ ਸਿ ਪਾਤਸ਼ਾਹ ਸੌਦਾ ਪਾਲਾ ਕਰੀ ਸਭ ਤੇ ਕਿਰਪਾ ਕਰੀ ਸਭ ਤੇ ਰਹਿਮ ਦੀ ਨਜ਼ਰ ਰੱਖੀ ਸਾਰਿਆਂ ਨੂੰ ਤੰਦਸਤੀਆਂ ਦੇਰੋ ਤਾਂ ਬਖਸ਼ੇ ਇਸ ਤਰੁ ਜੇਹੀ ਅਰਦਾਸ ਕਰਨੇ ਦਰਬਾਰ ਸੱਚਖੰਡ ਰਮੰਦਰ ਸਾਹਿਬੀ ਗੁਰੂਗੰਸਾ ਗੁਰੂ ਤੇਬਾ ਸਾਹ ਦੇ ਇਹ ਦਸੰਦੀ ਇੱਕ ਮਹਾਰਾ ਜੋ ਲੋਕ ਬੈਠੇ ਨੇ ਬਾਹਰ ਤੇ ਤੇ ਜੋ ਲੋਕ ਮਹਮਾਰੀ ਕਰੋਨਾ ਦੇ ਨਾਲ ਮਾਰੇ ਨੇ ਸਾਰੇ ਨੇ ਕਰ ਸੁਖ ਸ਼ਾਂਤੀ ਵਰਤੋ ਸਭ ਨੂੰ ਮਹਾਰਾ ਚੜ੍ਹਦੀ ਕਲਾ ਰੱਖੋ ਆਪਦੇ ਤੁਹਾਡੇ ਪੰਥ ਤੇ ਗ੍ਰੰਥ ਦੀ ਇਹ ਸੇਵਾ ਨਮਾਉਂਦਣ ਪਰ ਬੇਨਤੀ ਕਰਾਂ ਜੀ ਨੇ ਪੰਥ ਨਾਲ ਤੇ ਗ੍ਰੰਥ ਨਾਲ ਤੇ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਨਾਲ ਤੇ ਕਿ ਸਰੀ ਅਕਾਲ ਤਸਰਨ ਚੇਰਣਾ ਕੀਤੀ ਉਹ ਕਦੀ ਨਹੀਂ ਬੱਚਾ ਤੇ ਨਾ ਹੀ ਬਚੇਗਾ ਇਸ ਵਾਰ ਤੇ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ ਸਭ ਦਾ ਪਲਾ ਕਰਨ ਬੋਲ ਚੁੱਕੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੀਪ ਜੀ ਆਸ ਹੈਗੀ ਹੈ ਇਨਸਾਫ ਮਿਲੂਗਾ ਕੋਈ ਆਸ ਕਿਉਂਕਿ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ ਕਈ ਸਾਲ ਹੋ ਚੁੱਕੇ ਨੇ 36 37 ਸਾਲ ਦਾ ਸਮਾਂ ਬੀਤ ਚੁੱਕਿਆ ਹੁਣ ਹੈਗੀ ਤੁਹਾਨੂੰ ਕੀ ਆਸ ਮਿਲੂਗੀ ਉਹ ਪਰਿਵਾਰਾਂ ਨੂੰ ਕੋਈ ਨਾ ਕੋਈ ਇਨਸਾਫ ਮਿਲੂਗਾ ਜਿਨ੍ਹਾਂ ਦੇ ਜਿਹੜੇ ਨੌਜਵਾਨ ਪੁੱਤ ਸੀਗੇ ਉਹ ਮਾਰੇ ਗਏ ਜਿਨ੍ਹਾਂ ਦੇ ਪਿਓ ਮਾਰੇ ਗਏ ਮਾਵਾਂ ਮਾਰੀਆਂ ਗਈਆਂ ਨੇ ਸਰਕਾਰਾਂ ਨੇ ਤਾਂ ਮੇਰੇ ਹਰ ਕਿਸੇ ਨੂੰ ਕੋਈ ਲਾਭ ਦਿੱਤਾ ਹੀ ਨਹੀਂ ਮੇਰੇ ਘਰ ਨੂੰ ਕੋਈ ਟਿੰਡੇ ਕੋਈ ਮਾੜਾ ਮੋਟਾ ਜਿਹੜੇ ਸਿੱਖ ਮਾਰੇ ਗਏ ਸੀ ਉਹਨਾਂ ਪਰਿਵਾਰਾਂ ਦਾ ਪਤਾ ਲੱਗਣ ਤੇ ਬੁਲਾ ਕੇ ਜੋ ਪਟਾਲੇ ਦੀ ਗੱਲ ਹੈ ਨੋ ਕਿਸ ਸਰਕਾਰ ਰਮੇਂਦਰ ਸਾਹਿਬ ਤਾਂ ਜਿਵੇਂ ਕਿ ਸਰਦਾਰ ਦਰਸ਼ਨ ਗੁਰਦਰਸ਼ਨ ਜੈਦੀ ਇਸ ਵਕਤ ਇੱਥੇ ਮੈਨੇਜਰ ਹੋ ਰਹੇ ਨੇ ਹੋਰ ਉਹ ਤੇ ਅੰਮਰਸਾਦੀ ਮੈਂ ਗੱਲ ਕਰਦਾ ਉਹ ਉਹਨਾਂ ਨੇ 5-5 ਸਾਲ ਝੀਲ ਗੱਟੀ ਹੈ ਟੋੜਾ ਸਵਾਰਨਾਰ ਰਕੇ ਤੇ ਉਹਨਾਂ ਨੂੰ ਸ਼ਾਇਦ ਕੋਈ ਸਰਕਾਰ ਨੇ ਦਿੱਤਾ ਹੋ ਜੇ ਨਾ ਤਾਂ ਇਹ ਮਿੰਪਤ ਪਟਿਆਰੇ ਚ ਸਾਡੇ ਲੁੱਟਾਂ ਵੀ ਹੋਈਆਂ ਤੇ ਸਾਨੂੰ ਕੁੱਟਿਆ ਵੀ ਤੇ ਲੁੱਟਿਆ ਵੀ ਤੇ ਸਾਡਾ ਖੋਇਆ ਵੀ ਤੇ ਮਰੇ ਜਿਹੜਾ ਉਹਨਾਂ ਮੇਰੇ ਕਿਸੇ ਨੇ ਕੁਛ ਨਹੀਂ ਦਿੱਤਾ ਤੇ ਨਾ ਹੀ ਕੋਈ ਅਮੀਨ ਸੀ ਨਾ ਹੀ ਆਸ ਰੱਖੀ ਸੀ ਵਿਸਾਨ ਸਰਕਾਰ ਕੋ ਦੇ ਉਪਰ ਸ਼੍ਰੋਮਣੀ ਕਮੇਟੀ ਨੇ ਮੇਰਾ ਖਿਆਲ ਆ ਜਿਤਕ ਜਿਹੜੋ ਲੋਕ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਬਾਅਦ ਚ ਬਲਾ ਕੇ ਕੋ ਜਿੰਨੇ ਕੋ ਮਦਦ ਕੀਤੀ ਉਹਨਾਂ ਇਸ ਸ਼੍ਰੋਮਣੀ ਕਟੀਸ਼ਾਹ ਕਹਤੀ ਆ ਪਰ ਅੱਜ ਤੁਸੀਂ ਮੈਨੂੰ ਗੱਲ ਕਰ ਰਹੇ ਸੀਗੇ ਵੀ 37 ਸਾਲ ਹੋ ਗਏ ਨੇ ਕੋਈ ਅਨਸਾਫ ਨਹੀਂ ਮਿਲਿਆ ਪਰ ਅਜੇ ਵੀ ਕੋਈ ਸਾਨੂੰ ਅਨਸਾਫ ਮਿਲਦੀ ਇਹਨਾਂ ਸਰਕਾਰਾਂ ਤੋਂ ਆਸ ਨਹੀਂ ਭਾਵੇਂ ਮੋਦੀ ਸਰਕਾਰ ਆਵੇ ਭਾਵੇਂ ਕਾਂਗਰਸ ਦੀ ਸਰਕਾਰ ਆਵੇ ਕਿਸੇ ਦੀ ਸਰਕਾਰ ਆਵੇ ਕਿਸੇ ਸਰਕਾਰ ਤੋਂ ਆਂ ਇਨਸਾਫ ਮਿਲਦੀ ਨਹੀਂ ਕਿਉਂਕਿ ਲੋਕ ਆਪਣੀ ਹੰਕਾਰ ਚ ਫਿਰੇ ਤੁਰੇ ਫਿਰਦੇ ਨੇ ਇਹਨਾਂ ਲੋਕਾਂ ਦੇ ਨਾ ਗੁਰੂ ਦਾ ਡਰ ਹੈ ਨਾ ਗੁਰੂ ਦਾ ਪਾਵ ਹੈ ਪਰ ਸਿੱਖ ਜਿਹੜਾ ਉਹ ਹਰ ਵਕਤ ਗੁਰੂ ਤੋਂ ਡਰ ਕੇ ਰਹਿੰਦਾ ਹੈ ਸ਼ੁਕਰੀਆ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਇਹਨ ਸੁਖਦੇਵ ਜੀ ਜਿਹੜੇ ਉਸ ਵੇਲੇ ਸੇਵਾ ਨਿਭਾਰੇ ਸੀ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਗਰੰਥੀ ਸਿੰਘ ਸੀਗੇ ਤੇ ਅੱਖੀ ਦੇਖਿਆ ਜਿਹੜਾ ਹਾਲ ਹੈ ਉਹਨਾਂ ਵੱਲੋਂ ਦੱਸਿਆ ਗਿਆ ਕੀ ਵਾਪਰਿਆ ਸੀ ਕੀ ਉਸ ਦਿਨ ਹੋਇਆ ਸੀ ਸੁਖਦੇਵ ਸਿੰਘ ਜੀ ਉਹਨਾਂ ਵੱਲੋਂ ਸਾਰਾ ਕੁਝ ਦੱਸਿਆ ਗਿਆ ਤੇ ਉਹਨਾਂ ਇਹ ਵੀ ਗੱਲ ਕੀਤੀ ਕਿ ਲੰਬਾ ਸਮਾਂ ਹੋ ਚੁੱਕਿਆ ਹੈ 37 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਪਰ ਅੱਜ ਵੀ ਜਿਹੜਾ ਪਰਿਵਾਰ ਹੈ ਆਸ ਲਾਈ ਬੈਠਾ ਹੈ ਕਿ ਕਦੋਂ ਜਿਹੜਾ ਇਨਸਾਫ ਹੈ ਸਰਕਾਰਾਂ ਵੱਲੋਂ ਇਹਨਾਂ ਨੂੰ ਮਿਲੇਗਾ ਕਿਉਂਕਿ ਜਿਹੜੇ ਪਰਿਵਾਰ ਨੇ ਕਈਆਂ ਨੇ ਆਪਣੇ ਪੁੱਤ ਗਵਾਲੇ ਕਈਆਂ ਨੇ ਆਪਣੀਆਂ ਮਾਵਾਂ ਗਵਾਲੀਆਂ ਕਈਆਂ ਨੇ ਆਪਣੇ ਪਿਓ ਗਵਾਲੇ ਪਰ ਅਜੇ ਵੀ ਜਿਹੜੀ ਇਨਸਾਫ ਦੀ ਜਿਹੜੀ ਲੜਾਈ ਹੈ ਉਹ ਜਿਹੜਾ ਸਿੱਖ ਨੌਜਵਾਨ ਨੇ ਜਾਂ ਸਿੱਖ ਪਰਿਵਾਰ ਨੇ ਉਹ ਹਜੇ ਤੱਕ ਵੀ ਇਨਸਾਫ ਦੀ ਲੜਾਈ ਲੜਦੇ ਨਜ਼ਰ ਆ ਰਹੇ ਨੇ ਅਮਨਦੀਪ ਸਿੰਘ ਜੀਤ ਵੈਬ ਟੀਵੀ ਪਟਿਆਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ